ਹਲ ਬਿਕਰਮ ਮਜੀਠੀਏ ਨੇ ਇੱਕ ਪ੍ਰੈਸ ਕਾਨਫਰੰਸ ਅੱਧੀ ਤੇ ਮੈਂ ਉਹਨੂੰ ਸੁਣਦਾ ਸੀਗਾ ਜਿਸ ਚ ਉਹ ਕਹਿ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਔਜਲਾ ਦੇ ਅੱਤਵਾਦੀਆਂ ਨਾਲ ਨਜ਼ਦੀਕੀ ਸਬੰਧ ਹਨ ਤੇ ਬਿਕਰਮ ਦੀਆਂ ਗੱਲਾਂ ਦੀ ਪੁਸ਼ਟੀ ਅੱਜ ਮੀਡੀਆ ਦੇ ਅੱਗੇ ਸੁਖਬੀਰ ਬਾਦਲ ਵੀ ਕਰਕੇ ਗਏ ਕਹਿੰਦੇ ਹੁੰਦੇ ਸੀਗੇ ਕਿ ਅਖੇ ਝੂਠੇ ਦਾ ਗਵਾਹ ਡੱਡੂ ਇੱਥੇ ਤੇ ਹੋ ਗਿਆ ਸਾਲੇ ਦਾ ਗਵਾਹ ਜੀਜਾ ਅੱਤਵਾਦ ਦੇ ਖਿਲਾਫ ਬਿਕਰਮ ਮਜੀਠੀਏ ਦੀ ਪ੍ਰੈਸ ਕਾਨਫਰੰਸ ਸੁਣ ਕੇ ਮੈਂ ਇਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਅਲ ਕੈਦਾ ਵਾਲੇ ਸ਼ਾਂਤੀ ਦਾ ਸੰਦੇਸ਼ ਦੇ ਰਹੇ ਹੁਣ ਤੇ ਸੰਨੀ ਲਿਓਨੀ ਅੰਗ ਪ੍ਰਦਰਸ਼ਨ ਦੇ ਖਿਲਾਫ ਧਰਨਾ ਦੇ ਰਹੀ ਹੋਵੇ ਕਿਉਂਕਿ ਜਿਹੜਾ ਬੰਦਾ ਉਹਦੇ ਨਾਲ ਪ੍ਰੈਸ ਕਾਨਫਰੰਸ 'ਚ ਬੈਠਾ ਸੀਗਾ ਵਿਰਸਾ ਸਿੰਘ ਬਲਟੋਆ ਉਹਨੇ ਤੇ ਵਿਧਾਨ ਸਭਾ 'ਚ ਖਲੋ ਕੇ ਕਿਹਾ ਸੀਗਾ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ ਤੇ ਬਾਕੀ ਜਿਹੜੇ ਨਾਲ ਬੈਠੇ ਸੀ ਕਿਸੇ ਤੇ ਨਸ਼ੇ ਦਾ ਦੋਸ਼ ਹੈ ਕਿਸੇ ਤੇ ਜ਼ਮੀਨਾਂ ਦੇ ਕਬਜ਼ਿਆਂ ਦਾ ਜੇ ਕਹਿ ਲਿਆ ਜਾਵੇ ਕਿ ਏਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾਂ ਕਰਨੇ ਕੋ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਂ ਕਿਹਾ ਹੋਗਾ ਪ੍ਰੈਸ ਕਾਨਫਰੰਸ 'ਚ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਪਤਾ ਲੱਗਾ ਫਲਾਣਾ ਅੱਤਵਾਦੀ ਗੁਰਜੀਤ ਔਜਲੇ ਦਾ ਰਿਸ਼ਤੇਦਾਰ ਹੈ ਰਿਸ਼ਤੇਦਾਰ ਹੋਣਾ ਨਾ ਹੋਣਾ ਕੋਈ ਗੁਨਾਹ ਨਹੀਂ ਹੈ ਬਲਕਿ ਇਹ ਦੱਸਦਾ ਕਿ ਗੁਰਜੀਤ ਔਜਲੇ ਦੀ ਉਹਦੇ ਕੰਮਾਂ 'ਚ ਕੀ ਸ਼ਮੂਲੀਅਤ ਹੈ ਤੇਰਾ ਵੀ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਕਿ ਤੇਰੇ ਨਸ਼ਾ ਤਸਕਰਾਂ ਦੇ ਨਾਲ ਕੇਵਲ ਸਬੰਧ ਹੀ ਨਹੀਂ ਬਲਕਿ ਤੇਰੀ ਪੂਰੀ ਪੂਰੀ ਸ਼ਮੂਲੀਅਤ ਵੀ ਹੈ ਤੇ ਇੰਡੀਆ ਦਾ ਮੋਸਟ ਵਾਂਟਡ ਤਸਕਰ ਜਿਹੜਾ ਸੱਤਾ ਉਹ ਤੇਰੇ ਘਰ ਕਈ ਕਈ ਮਹੀਨੇ ਰਹਿੰਦਾ ਰਿਹਾ ਮੈਂ ਕੋਈ ਗਰਜੀਤ ਔਜਲੇ ਦਾ ਮਾਤੀ ਨਹੀਂ ਆ ਪਰ ਮੈਨੂੰ ਵੈਸੇ ਹੀ ਉਸ ਭਲੇ ਮਾਨਸੇ ਦੇ ਉੱਤੇ ਤਰਸ ਆ ਗਿਆ ਜਿਸ ਨੂੰ ਤੇਰੇ ਵਰਗਾ ਘਟਿਆ ਬੰਦਾ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹ ਮੈਂ ਤੈਨੂੰ ਦੱਸ ਦਵਾਂ ਕਿ ਆਪਣੀ ਪੀੜੀ ਥਲੇ ਸੋਟਾ ਮਾਰ ਕਿ ਲਹਿਜ਼ੇ ਮੇ ਬਦ ਜ਼ੁਬਾਨੀ ਔਰ ਚਿਹਰੇ ਪਰ ਨਕਾਬ ਲੀਏ ਫਿਰਤੇ ਹਨ ਜਿਨ ਕੇ ਖੁਦ ਕੇ ਬਹੀ ਖਾਤੇ ਬਿਗੜੇ ਹਨ ਉਹ ਦੂਸਰੋ ਕਾ ਹਿਸਾਬ ਲੀਏ ਫਿਰਤੇ ਹਨ ਮਾਰਾ ਰਿਸ਼ਤੇਦਾਰ ਹੋਣ ਦਾ ਦਰਦ ਕਿਸੇ ਨੇ ਪੁੱਛਣਾ ਹੋਵੇ ਤੇ ਸਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੇ ਜਿਹਨੂੰ ਤੇਰੇ ਕਰਕੇ ਸਾਰੀ ਦੁਨੀਆ ਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸਨੂੰ ਤੇਰੇ ਕਰਕੇ ਲੋਕ ਐਨਾ ਐਨਾ ਗੰਦ ਬੋਲਦੇ ਆ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੱਧਰ ਕਿੰਨਾ ਇਠਾਂ ਲੈ ਆ ਕਿਤੇ ਤੂੰ ਤੇ ਤੇਰਾ ਜੀਜਾ ਦੋ ਦੋ ਲੱਖ ਬੰਦੇ ਦੀਆਂ ਰੈਲੀਆਂ ਨੂੰ ਸੰਬੋਧਨ ਕਰਦੇ ਸੀ ਅੱਜ ਕੱਲ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰਧਾਨ ਬਣਾਉਣ ਲਈ ਵੀ ਤੁਸੀਂ ਜੀਜਾ ਸਾਲਾ ਆਪ ਹੀ ਚਲੇ ਜਾਂਦੇ ਹੋ ਤੇ ਕੱਲ ਭਾਜਪਾ ਵਾਲਿਆਂ ਨੇ ਤੁਹਾਨੂੰ ਤੁਹਾਡੀ ਏਕਾਤ ਦਿਖਾ ਦਿੱਤੀ ਹਰਿਆਣੇ ਦੇ ਵਿੱਚ ਮਹਿਜ਼ ਇੱਕ ਐਮਐਲਏ ਸੀਗਾ ਤੁਹਾਡਾ ਕਾਲੀ ਦਲ ਦਾ ਹਰਿਆਣੇ ਦੇ ਵਿੱਚ ਉਹ ਵੀ ਭਾਜਪਾਲਿਆਂ ਨੇ ਆਪਣੇ ਨਾਲ ਸ਼ਾਮਲ ਕਰ ਲਿਆ ਦੋ ਸੀਟਾਂ ਦੇਣ ਦੇ ਕਾਬਲ ਨਹੀਂ ਸਮਝਿਆ ਉਹਨਾਂ ਤੁਹਾਨੂੰ ਪੂਰੇ ਸੂਬੇ ਦੇ ਵਿੱਚ ਉਹਨਾਂ ਨੂੰ ਤੁਹਾਡਾ ਹਾਲ ਜਿਹੜਾ ਉਹਨਾਂ ਨੇ ਪੰਜਾਬ 'ਚ ਵੀ ਇਹੋ ਕਰਨਾ ਸਿਰਫ ਤੇਰੀ ਵਜ੍ਹਾ ਕਰਕੇ ਤੇ ਕੱਲ ਤੁਸੀਂ ਰਾਤ ਨੂੰ ਅੰਦਰ ਖਾਤੇ ਮੀਟਿੰਗ ਕੀਤੀ ਉਹ ਗੁਰਮਾਨ ਦਾਸ ਵੱਲਾ ਹਸਪਤਾਲ ਦੇ ਵਿੱਚ ਸੁਖਬੀਰ ਬਾਦਲ ਤੇ ਤੇਰੀ ਗਵਾਹੀ 'ਚ ਕਿ ਅਸੀਂ ਹਰਿਆਣੇ 'ਚ ਆਪਣੇ ਦਮ ਦੇ ਉੱਤੇ ਸਾਰੀਆਂ ਸੀਟਾਂ ਲੜਾਂਗੇ ਤੇ ਹਰਿਆਣੇ 'ਚ ਭਾਜਪਾ ਨਾਲ ਸਾਡਾ ਕੋਈ ਗਠਬੰਧਨ ਨਹੀਂ ਹੈ ਪਰ ਪੰਜਾਬ 'ਚ ਰਹੇਗਾ ਤੇ ਹੁਣ ਸੁਖਬੀਰ ਤੇ ਬਿਕਰਮ ਮੈਂ ਤੈਨੂੰ ਕਹਿਣਾ ਚਾਹਣਾ ਕਿ ਆਪਣੀ ਗੱਲ ਤੇ ਰਿਓ ਹਰਿਆਣੇ ਚ ਅੱਡ ਚੋਣਾ ਲੜਨ ਵਾਲੀ ਤੇ ਆਪਣੇ ਨਸ਼ੇ ਤੇ ਤੇ ਈਡੀ ਦੇ ਕੇਸਾ ਕਰਕੇ ਡਰ ਨਾ ਜਾਇਓ ਮੋਦੀ ਤੋਂ ਵੇਖਿਓ ਤੁਹਾਡਾ ਹਾਲ ਕੀ ਕਰਦੇ ਦੋਵੇਂ ਜਿਹੜੀ ਜੋੜੀ ਉੱਤੇ ਬੈਠੀ ਆ ਮੋਦੀ ਤੇ ਅਮਿਤ ਸ਼ਾਦੀ ਕਹਿੰਦੇ ਸੀਗੇ ਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਉਹ ਸ਼ਹਿਰ ਵਾਲ ਨੂੰ ਭੱਜਦਾ ਬਾਦਲਾਂ ਦੀ ਮੌਤ ਆਈ ਤੇ ਉਹ ਹਰਿਆਣੇ ਵਾਲ ਨੂੰ ਭੱਜ ਰਿਹਾ ਮੈਂ ਤੇ ਇਹੋ ਕਹਿ ਸਕਦਾ ਤੇ ਲੋਕਾਂ ਨੂੰ ਵੀ ਬੇਫਕੂਫ ਨਾ ਸਮਝੋ ਹਰਿਆਣੇ ਚੋੜਾਂ ਲੜਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੀ ਲੜਾਈ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਕਿਹਦੇ ਨਾਲੋਂ ਪਾਣੀਆਂ ਦੇ ਮਸਲੇ ਦੇ ਉੱਤੇ ਹਰਿਆਣਾ ਨਾਲ ਕਿ ਪੰਜਾਬ ਦੇ ਨਾਲ ਕਿਤੇ ਇਹ ਨਾ ਹੋਵੇ ਕਿ ਗੰਗਾ ਗਏ ਤੇ ਗੰਗਾ ਰਾਮ ਜਮਨਾ ਗਏ ਤੇ ਜਮਨਾ ਦਾਸ ਤੇ ਜਿੰਨੀ ਭਾਜਪਾ ਨੇ ਕੱਲ ਤੁਹਾਡੀ ਹਰਿਆਣਾ ਚ ਕੁੱਤੇਖਾਣੀ ਕੀਤੀ ਆ ਸਭ ਤੋਂ ਪਹਿਲਾਂ ਬੀਬਾ ਹਰ ਸਿਮਰਤ ਕੌਰ ਦਾ ਮੋਦੀ ਵਿਜਾਰ ਦੇ ਵਿੱਚੋਂ ਅਸਤੀਫਾ ਦਿਵਾਓ ਤੇ ਜਿਹੜਾ ਤੁਹਾਡਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਹ ਵੀ ਐਮਐਲਏ ਜਿਹੜਾ ਫੁੱਲ ਦੇ ਨਿਸ਼ਾਨ ਦੇ ਉੱਤੇ ਬਣਿਆ ਵਾ ਉਹਨੂੰ ਵੀ ਅਸਤੀਫਾ ਦੇਣ ਲਈ ਕਹੋ ਅਖੀਰ ਨਚੋੜਿਆ ਕਿ ਤੁਸੀਂ ਬੇਹੱਦ ਬੇਸ਼ਰਮ ਤੇ ਬੇਗੈਰਤ ਲੋਕ ਹੋ ਜਿੱਥੇ ਤੁਹਾਨੂੰ ਫਾਇਦਾ ਹੋਵੇ ਉੱਥੇ ਤੁਹਾਡਾ ਗੱਠਬੰਧੜ ਹੈਗਾ ਜਿੱਥੇ ਤੁਹਾਨੂੰ ਫਾਇਦਾ ਨਹੀਂ ਉੱਥੇ ਤੁਹਾਡਾ ਗੱਠਬੰਧਨ ਨਹੀਂ ਹੈ ਪੰਜਾਬ ਭਾਵੇਂ ਜਾਵੇ ਠੱਠੇ ਖੂਚ ਇਹ ਤੁਹਾਡੇ ਲਈ ਹੈ ਕਿ ਸ਼ਰਮ ਕੋ ਵੀ ਸ਼ਰਮ ਆਤੀ ਹੋ ਗਈ ਤੁਮ ਲੋਗ ਇਤਨੇ ਬੇਸ਼ਰਮ ਹੋ